ਕ੍ਰਿਸ਼ਟਰ ਸਾਡੀ ਕੋਈ ਇੱਜ਼ਤ ਨਹੀਂ ਹੈ ਜਾਂ ਸਾਡੀ ਕੋਈ ਵਹਿਲ ਨਹੀਂ ਹੈ ਇਹਨਾਂ ਮੁਸਲਮਾਨਾਂ ਦੀ ਬਹੁਤੀ ਤਾਂ ਨਹੀਂ ਹੈ ਇੱਜ਼ਤ ਸਭ ਦੀ ਇੱਕ ਹੀ ਹੈ ਡੀਆਈਜੀ ਦੇ ਅੱਗੇ ਦਰਹਾਸਤ ਕਰਨੇ ਆ ਕਿ ਇਸ ਚੀਜ਼ ਦਾ ਐਕਸ਼ਨ ਲਿੱਤਾ ਜਾਏ ਸਾਡੇ ਨਾਲ ਨਿصاف ਕੀਤਾ ਜਾਏ ਕਿ ਅਸੀਂ ਮਸੀਹ ਲੋਕ ਆ ਸਾਡੀ ਇਹ ਗੱਲ ਅਸੀਂ ਪਾਕਿਸਤਾਨੀ ਨਹੀਂ ਆ ਅਸੀਂ ਲੈਨੇ ਇਹਨੂੰ ਐਦੋ ਫੜ ਕੇ ਖਿੱਚ ਕੇ ਬੂਏ ਚਲਾ ਕੇ ਮਾਰਿਆ ਕਿ ਮੈਂ ਖੜੀ ਸੀ ਮੈਨੂੰ ਵਜੇ ਮੈਂ ਥੱਲੇ ਡੇਗ ਗਈ ਆ ਮੈਂ ਅੱਗੇ ਮੋਰਿਆਂ ਦੀ ਮਰੀਜ਼ ਮੇਰੇ ਕੋਲ ਉੱਠ ਨਹੀਂ ਹੋ ਸਕਦਾ ਉਹ ਪੁਲਿਸ ਵਾਲੇ ਦੂਸਰੇ ਭਾਈ ਨੇ ਪਕੜਾ ਮੈਨੂੰ ਉਹ ਮੈਨੂੰ ਬਾਹਰ ਗੇਟ ਕੋਲ ਛੋੜੇ ਮੇਰੇ ਸਾਹਮਣੇ ਮਾਰਿਆ ਫਿਰ ਇੱਥੋਂ ਫੜ ਲਿਆ ਗੁੱਤੋਂ ਖਿੱਚ ਕੇ ਲਿਆਇਆ ਗੱਡੀਆਂ ਦੇ ਕੋਲ ਹਾਂਜੀ ਗੱਡੀਆਂ ਦੇ ਕੋਲ ਸਾਰੀ ਜਗ੍ਹਾ ਤਾਂ ਮੈਡੀਕਲ ਕਰਵਾਇਆ ਐਨੇ ਮੈਨੂੰ ਵਧੇ ਕੀ ਕਿਹਾ ਸੀ ਕਿੰਨਾ ਤੂੰ ਬਾਹਰ ਜਾ ਕੇ ਕੋਈ ਵੀ ਮੀਡੀਆ ਬੁਲਾਈ ਜਾਂ ਰੋਡ ਬੰਦ ਕੀਤਾ ਮੈਂ ਤੇ ਅੰਦਰ ਮੁੰਡੇ ਨੂੰ ਕੁੱਟਾਂਗਾ ਤੇ ਮੈਂ ਤੇ ਆਪਣੇ ਬੱਚੇ ਦੀ ਵਈਆ ਉਹ ਤਾਂ ਮੈਂ ਤੇ ਚੋਪੀ ਮੁਸਲਮਾਨੋ ਕਿਹਾ ਚਲ ਪੁੱਤ ਤੂੰ ਪੁਲਿਸ ਵਾਲਾ ਲੈ ਜਾ ਜੋ ਵੀ ਹੈ ਤੇਰਾ ਔਰਤ ਤੇ ਹੱਕ ਨਹੀਂ ਬੰਦਾ ਔਰਤ ਨੂੰ ਔਰਤ ਕੁਝ ਕਰ ਸਕਦੀ ਹੈ ਅਸਲਾਮੁਅਲੈਕੂਮ ਦੋ 5 ਕੇ ਸਾਥ ਮੈਂ ਹਾਂ ਸ਼ੁਗੁਫਤਾ ਸਲੀਮ ਅੱਜ ਮੈਂ ਇਸਾਨਗਰੀ ਮਹੱਲੇ ਮੈਂ ਮੌਜੂਦ ਹਾਂ ਜਹਾਂ ਇੱਕ ਐਸੀ ਫੈਮਿਲੀ ਹੈ ਜਿਨਕੇ ਉੱਪਰ पुलिस वालों ने काफ़ी ज़्यादा तशद किया और तशद क्यों किया गया क्योंकि इनके घर से एक मुलजिम जो है गुज़रा था और जब इन्होंने देखा कि इनके एक बच्चा था बहुत ही छोटा सा जिसकी उम्र सत्रह या उन्नीस साल की बताई जा रही है उसके ऊपर इन्होंने दो किलो कई मनशियात भी डाल दी इसके अलावा उसके ऊपर पैसे का भी कुछ इल्ज़ाम लगा दिए और इनकी फैमिली के ऊपर तशद्द किया गया क्यों किस वजह से किया गया क्या क्या किया गया ये सारी जो चीज़ें हैं इनकी फ़ैमिली से पूछते हैं ये चलते हैं আসসালামু আলাইকুম ওয়া আলাইকুম আসসালাম کیا ہوا پولیس نے کیوں تشدد کیوں کیا پولیس نے وہ لڑکا ہے ایک نہ ادھر یہ ساتھی ہمارے گھر ہے ਮੋਬਾਈਲ ਸੇ ਨਾ ਦਰਵਾਜ਼ਾ ਖੁੱਲਾ ਤਾਂ ਉਸਕੇ ਪਿੱਛੇ ਪੁਲਿਸ ਲੱਗੀ ਹੋਈ ଥିਵੀ ਉਹ ਭਾਗ ਕੇ ਉੱਪਰ ਸੇ ਇਧਰ ਸੇ ਗਿਆ ਬੇਟਾ ਮੇਰਾ ਨਹਾ ਰਹਾ ਥਾ ਉਸਨੇ ਦਰਵਾਜ਼ਾ ਖੋਲਿਆ ਤਾਂ ਉਹ ਜਬ ਦਰਵਾਜ਼ਾ ਉਸਨੇ ਖੋਲਾਇਆ ਤਾਂ ਇਹ ਅੰਦਰ ਆ ਗਏ ਐ ਇਹਨਾਂ ਨੇ ਕਹਿਆ ਲੜਕਾ ਭਾਗ ਕੇ ਗਿਆ ਤੁਹਾਾਰੇ ਮਲਕ ਦੇ ਘਰ ਸੇ ਐ ਉੱਥੇ ਸੀੜੀਆਂ ਤੱਕ ਉਹਨੇ ਕਿਹਾ ਕਿ ਸਰ ਜੀ ਦੇਖ ਲਓ ਉੱਤੇ ਜਾ ਕੇ ਐ ਪਹਿਲੀਆਂ ਸੀੜੀਆਂ ਤੋਂ ਦੇਖ ਕੇ ਤੇ ਵਾਪਸ ਆ ਕੇ ਤੈਨੂੰ ਚਪੇੜ ਮਾਰੀਏ ਤੇ ਮਾਰ ਕੇ ਚਪੇੜ ਦੇ ਨੂੰ ਜ਼ਾਇਰ ਹੈ ਜਦੋਂ ਤੁਸੀਂ ਉਹਨੂੰ ਚਪੇੜ ਮਾਰੋਗੇ ਤੇ ਉਹਦਾ ਦਿਲ ਤੇ ਧੜਕਣਾ ਹੀ ਹੈ ਕਹਿੰਦਾ ਤੇਰਾ ਦਿਲ ਧੜਕਣ ਦੇ ਫੇ ਕੁੰਡੀ ਮਾਰ ਦਿੱਤੀ ਅੰਦਰ ਮੇਂ ਜਾਂ ਜਵਾਨ ਬੱਚੀਆਂ ਨੇ ਠੀਕ ਹੈ ਨਾ ਹਾਂਜੀ ਕੁੰਡੀ ਤੇ ਸਾਹ ਲੈਡੀਆਂ ਪੁਲਿਸ ਵੀ ਥੀ ਨਹੀਂ ਪੁਲਿਸ ਨਹੀਂ ਥੀ ਲੈਡੀਆਂ ਕੋਧੀ ਤੇ ਮੇਰੀਆਂ ਬੱਚੀਆਂ ਵੀ ਜਵਾਨ ਮੇਰੀ ਬੱਚੀ ਨੇ ਪੜਿਆ ਗੋਨ ਭਰਾਣ ਨੂੰ ਤੇ ਕਹਿੰਦਾ 2 ਮਿੰਟ ਪਰਾਂ ਹੋ ਜਾ ਕਿ ਰਾਣੀਆਂ ਦਾ ਮੈਂ ਨਾ ਗੱਡੀ 'ਚ ਸਿਰਫ ਗੱਲ ਹੀ ਇਹ ਦੇਣਾ ਕਰਨੀ ਓ ਫਿਰ ਵੀ ਮਗਰ ਮਗਰ ਗਈ ਐ ਤੇ ਤੂੰ ਜਿਹੜੀ ਛੋਟੀ ਐ ਤੇ ਪਿੱਛੇ ਗਈ ਹੈ ਤੇ ਉਹਨੇ ਫਿਰ ਵੀ ਦਰਵਾਜ਼ੇ 'ਚ ਉਹਨੇ ਖੜੀ ਹੋਈ ਹੈ ਨਾ ਉਹਨੇ ਫਿਰ ਐਨੇ ਕਿਹਾ ਕਿ ਨਾਨੀਆਂ ਦਾ ਮੈਂ ਨਹੀਂ ਆਪਣੇ ਭਰਾ ਨਾਲ ਫਿਰ ਉਹਨੇ ਧੱਕਾ ਮਾਰਿਆ ਤੇ ਗੰਦੀ ਗਾਲ ਘੜ ਕੇ ਇੱਕ ਗਸ਼ਤੀ ਕਹਿ ਕੇ ਤੇ ਪਰਾਂ ਉਹਨੇ ਸੋੜ ਦਿੱਤਾ ਸੀੜੀਆਂ 'ਚ ਐਨੀ ਗੱਲ ਘਾਰ ਕੇ ਨਾ ਸੀੜੀਆਂ ਸੁੱਟ ਕੇ ਤੇ ਉਹਨੂੰ ਲੈ ਗਿਆ ਬੱਚੇ ਨੂੰ ਬੱਚੇ ਨੂੰ ਤੇ ਉਹਨੇ ਲਿਜ ਗਿਆ ਘਰੋਂ ਤੇ ਕਹਿੰਦਾ ਮੈਂ ਉਹਨੂੰ ਬਦੋਪੁਲੀ ਉਹ ਪੜਿਆ ਇਧਰੋਂ ਪੜਿਆ ਹੁਣੀ ਆਪਕੇ ਉਹਨੂੰ ਨੇ ਫੋਨ ਕੀ ਹੈ ਨਾ ਤੇ ਉਹਨੂੰ ਇਹ ਨਹੀਂ ਪਤਾ ਲੱਗਣਿਆ ਕਿ ਮੈਂ ਕਿੱਥੋਂ ਪੜਿਆ ਤੇ ਕਿੱਥੋਂ ਨਹੀਂ ਮਤਲਬ ਫੜ ਕੇ ਕਰੂ ਲੈ ਕੇ ਗਿਆ ਲੇਕਿਨ ਕਹਿ ਰਿਹਾ ਕਹਿੰਦਾ ਫੜਿਆ ਮੈਂ ਬਾਹਰੋਂ ਐ ਬਦੋ ਕੋਈ ਨਾ ਬਦਨ ਕਿਹਾ ਤੇ ਬਾਹਰ ਜਾ ਕੇ ਮਾਰਿਆ ਫਿਰ ਮੈਂ ਠਾਣੀ ਗਈ ਆ ਠਾਣੀ ਮੇਰੇ ਪਹਿਲੇ ਸਾਰਾ ਮਹੱਲਾ ਗਿਆ ਕਿਸੇ ਨੂੰ ਨਹੀਂ ਉਹਨਾਂ ਨੇ ਮਿਲਣ ਦਿੱਤਾ ਫਿਰ ਇਹਨੇ ਕਿ ਨਾਨੀ ਆਂਦਾ ਇਹਨੇ ਕਿਹਾ ਕਿ ਨਾਨੀ ਆਂਦਾ ਮਹਿਫਿਲ ਗਈਆਂ ਤੇ ਮੈਨੂੰ ਕਹਿੰਦਾ ਕਿ ਨਾਨੀ ਆਂਦਾ ਤੁਸੀਂ ਇਹਦੀ ਮਾਂ ਜੇ ਮੈਂ ਕਿਹਾ ਹਾਂਜੀ ਕਹਿੰਦਾ ਇਹ ਕੋਣ ਹੈ ਤਸਵੀਰ ਵਹਾ ਕੇ ਮੇਰੇ ਬੇਟੇ ਦੇ ਮੋਬਾਈਲ ਚ ਮੈਂ ਕਿਹਾ ਮੇਰੀ ਬਹੂ ਹੈਗੀ ਹੈ ਮੈਂ ਕਿਹਾ ਸ਼ਾਦੀ ਕਰਨੀ ਹੈ ਇਹ ਅਸੀਂ ਇਹਦੇ ਨਾਲ ਕਹਿੰਦਾ ਕਿ ਨਾਨੀ ਆਂਦਾ ਇਹ ਸ਼ਾਦੀ ਨੂੰ ਭੁੱਲ ਜਾ ਅਸੀਂ ਦੋਨੋਂ ਅੰਦਰ ਗਏ ਆ ਸਭ ਲੋਕ ਬਾਹਰ ਖੜੇ ਸੀ ਅਸੀਂ ਦੋਨੋਂ ਗਏ ਆ ਹਾਂਜੀ ਮੈਨੇ ਦੇ ਅੱਜ ਗਏ ਆ ਇਹ ਦਿਖਾਤਾ ਮੋਬਾਈਲ ਵੀ ਆਕਾਸ਼ੀ ਸਾਨੂੰ ਮਿਲਾ ਦੋ ਕਹਿੰਦੇ ਆ ਇਹ ਕੋਣ ਹੈ ਇਸ ਕਿਨੇ ਇਹਦੀ ਮੰਗੇਤਰ ਹੈ ਕਹਿੰਦੀ ਆ ਕਾਸ਼ੀ ਕੋ ਭੁੱਲ ਜਾਓ ਕਾਸ਼ੀ ਹੁਣ ਨਹੀਂ ਆ ਸਕਦਾ ਹੈ ਬੈਠੇ ਰਿਆਂ ਫਿਰ ਮੈਸਫੂਨ ਆਇਆ ਵੇ ਉਧਰੋਂ ਉੱਠ ਕੇ ਆ ਕੇ ਇਥੋਂ ਇਹਨੂੰ ਫੜ ਲਿਆ ਹੈ ਬੋਲੇ ਉਸਨੇ ਹਾਂਜੀ ਉਸ ਪੁਲਿਸ ਵਾਲੇ ਨੇ ਇਹਨੂੰ ਐਦਾਂ ਫੜ ਕੇ ਖਿੱਚ ਕੇ ਬੂਏ ਚਲਾ ਕੇ ਮਾਰਿਆ ਕਿ ਮੈਂ ਖੜੀ ਸੀ ਮੈਨੂੰ ਵਜੇ ਮੈਂ ਥੱਲੇ ਡੇਗ ਗਈ ਆ ਮੈਂ ਅੱਗੇ ਮੋਰਿਆਂ ਦੀ ਮਰੀਜ਼ ਮੇਰੇ ਕੋਲ ਉੱਠ ਨਹੀਂ ਹੋ ਸਕਦਾ ਉਹ ਪੁਲਿਸ ਵਾਲੇ ਦੂਸਰੇ ਭਾਈ ਨੇ ਪਕੜਾ ਮੈਨੂੰ ਉਹ ਮੈਨੂੰ ਬਾਹਰ ਗੇਟ ਕੋਲ ਛੋੜੇ ਮੇਰੇ ਸਾਹਮਣੇ ਮਾਰਾ ਹੈ ਫਿਰ ਇੱਥੋਂ ਫੜ ਲਿਆ ਗੁੱਤੋਂ ਖਿੱਚ ਕੇ ਲਿਆਇਆ ਗੱਡੀਆਂ ਦੇ ਕੋਲ ਹਾਂਜੀ ਗੱਡੀਆਂ ਦੇ ਕੋਲ ਸਾਡੇ ਅਸੀਂ ਕ੍ਰਿਸ਼ਟਨ ਸਾਡੀ ਕੋਈ ਔਰਤ ਨਹੀਂ ਇੱਜ਼ਤ ਨਹੀਂ ਹੈ ਯਾ ਸਾਡੀ ਕੋਈ ਵਹਿਲਿਓ ਨਹੀਂ ਹੈ ਇਹਨਾਂ ਮੁਸਲਮਾਨਾਂ ਦੀ ਬਹੁਤੀ ਤਾਂ ਨਹੀਂ ਹੈ ਇੱਜ਼ਤ ਸਭ ਦੀ ਇੱਕ ਹੀ ਹੈ ਅੱਲਾ ਪਾਕ ਕਹਿੰਦਾ ਵੀ ਇਨਸਾਨ ਸਭ ਵੇਖੇ ਠੀਕ ਹੈ ਕਿ ਮਸਲਮਾਨ ਔਰ ਕ੍ਰਿਸਚੀਅਨ ਦਾ ਤੋ ਹਾਂ ਜੀ ਮਸਲਮਾਨੋ ਚਲ ਤੂੰ ਪੁਲਿਸ ਵਾਲਾ ਲੈ ਜਾ ਜੋ ਵੀ ਹੈ ਤੇਰਾ ਔਰਤ ਤੇ ਹੱਕ ਨਹੀਂ ਬੰਦਾ ਔਰਤ ਨੂੰ ਔਰਤ ਕੁਛ ਕਰ ਸਕਦੀ ਹੈ ਜਿੰਨਾ ਮਰਜ਼ੀ ਜ਼ੁਲਮ ਕੀਤਾ ਹੋਵੇ ਪੁਲਿਸ ਵਾਲਾ ਹੱਥ ਨਹੀਂ ਔਰਤ ਨੂੰ ਲਾ ਸਕਦਾ ਤੇ ਉਹਨਾਂ ਸਾਡੀ ਇੱਜ਼ਤ ਨਹੀਂ ਹੈ ਨਹੀਂ ਵਾਹ ਨਹੀਂ ਥਾਣੇ ਵਿੱਚ ਔਰਤ ਥਾਣੇ ਵਿੱਚ ਔਰਤ ਨਹੀਂ ਥੀ

ਉਸ ਆਬ ਮੱਲੇ ਵਾਲੇ ਆ ਉਹ ਬੱਚਿਆਂ ਹੈ ਨਾ ਬੱਚਿਆਂ ਦੇ ਸਾਥ ਜਾਂਦਾ ਹੈ ਇੱਕ ਆਮ ਦੇ ਲੰਡੇ ਪਾ ਕੰਮ ਕਰਦਾ ਹੈ ਸਾਡੇ ਕੋਲ ਇਤਨੇ ਟੁੜਾ ਹੋ ਗਿਆ ਸਾਡੇ ਘਰਾਂ ਵਿੱਚ ਇਤਨਾ ਜਾਂਦੇ ਸਾਡੇ ਬੱਚਿਆਂ ਨਾ ਕੰਮ ਤੇ ਜਾਂਦੇ ਜਿਵੇਂ ਸਾਡੇ ਬੱਚੇ ਨੇ ਉਸੇ ਸਾਡਾ ਵੀ ਬੱਚਾ ਹੈ ਦੁੱਖ ਲੱਗਦਾ ਹੈ ਜਬ ਆਪ ਇਨਕੇ ਸਾਥ ਜੋ ਹੈ ਇਹਨਾਂ ਨੇ ਤਸ਼ੱਦਦ ਕੀਤਾ ਤਾਂ ਆਪ ਲੋਕ ਸਾਰੇ ਗੇ ਨਹੀਂ ਤੇ ਤੁਹਾਰਾ ਹੋਏ ਇਹ ਇਹ ਸਭ ਲੋਕ ਬਾਹਰ ਸੀ ਮੈਂ ਇਸਕੇ ਸਾਥ ਗਈਆਂ ਮੈਂ ਨੇ ਕਹਾਂ ਮੈਂ ਚਲਦੀ ਹਾਂ ਮੈਂ ਅੰਦਰ ਜਾਂਦੀ ਹਾਂ ਸੀ ਪੁੱਛਦੇ ਸਾਡਾ ਬੱਚਾ ਸਾਨੂੰ ਮਿਲਾ ਦਿਓ ਸਾਡੇ ਬੱਚੇ ਚ ਕੋਈ ਗਲਤੀ ਨਹੀਂ ਆਂਦਾ ਸੀ ਮੋਬਾਈਲ ਫਾੜ ਕੇ ਦੇ ਰਾਕ ਲੈਂਦੇ ਸਨ ਇਹ ਸਾਥ ਸਾਰਿਆਂ ਨੂੰ ਗਾੜੀ ਗਲੋਚ ਕਰਕੇ ਬੰਦਿਆਂ ਨੂੰ ਨਾ ਬਾਹਰ ਕੱਢ ਦਿੱਤਾ ਸੀ ਜ਼ਮਾਨ ਨੇ ਕੁੜੀਆਂ ਦੀਆਂ ਗਾਹਾਂ ਗੱਡੀਆਂ ਜਿੰਨੇ ਬੰਦੇ ਗਏ ਨੇ ਕਮ ਸੇ ਕਮ 100 ਬੰਦਾ ਗਿਆ ਸੀ ਮਗਰ ਇਸ ਇਤਿਆਹ ਦੇਣ ਵਾਸਤੇ ਕਿ ਬੱਚਾ ਬੇਗਨਾ ਹੋਵੇ ਇਹਨੇ ਕੁਝ ਵੀ ਨਹੀਂ ਕੀਤਾ ਉਹਦੇ ਕੋਲ ਮਾਸਾ ਜਿੰਨੀ ਰਤਾ ਜਿੰਨੀ ਚਰਸਨੀ ਨਿਗਲੀ ਉਹਨੂੰ ਨਜਾਇਜ਼ ਮੁੰਡੇ ਨੂੰ ਲਿਜਾ ਕੇ ਮਾਰ ਮਾਰ ਕੇ ਮਨਾ ਕੇ ਤੂੰ ਦੇ ਤੇ ਚਰਸ ਪਾ ਦਿੱਤੀ ਨੇ ਇਹ ਜਾਇਜ਼ਤੀ ਕੀਤੀ ਨੇ ਇਹ ਬਿਲਕੁਲ ਸਰਾਸਰ ਜਾਇਜ਼ਦੀ ਕੀਤੀ ਨੇ ਅਸੀਂ ਸੀਸੀਪੀ ਲੋਰ

ਕਹਿੰਦੇ ਕਿ ਨਿਆਣੀਆਂ ਦਾ ਤੂੰ ਹੁਣ ਤੇ ਭੁੱਲ ਜਾ ਤੂੰ ਨਾ ਹੀ ਨਾ ਲੈ ਫਿਰ ਮੇਰੇ ਬੱਚੇ ਦੇ ਸਾਹਮਣੇ ਇਹਨੇ ਮੈਨੂੰ ਇਨਾ ਮਾਰਿਆ ਨਾ ਮਿਲਿਆ ਲੱਖ ਨਹੀਂ ਮੇਰਾ ਸਿੱਧਾ ਹੁੰਦਾ ਮੈਂ ਇੱਕ ਮਿੰਟ ਬੈੱਡ ਦੇ ਉੱਤੇ लेट ਨਹੀਂ ਸਕਦੀ। ਛੁੱਟਿਆ ਨਾ ਮਾਰਿਆ ਇੱਥੋਂ ਗਿਰਿਆ ਵਾਨ ਫੜਿਆ ਕੀ ਗੱਲ ਹੈ ਕੀ ਔਰਤ ਨਹੀਂ ਸੀ। ਇਹ ਜਗ੍ਹਾ ਮੇਰੀ ਦਰਦ ਕਰਦੀ ਹੈ ਸਾਰੀ ਜਗ੍ਹਾ। ਤੇ ਮੈਡੀਕਲ ਕਰਵਾਇਆ ਨਹੀਂ। ਐਨੇ ਮੈਨੂੰ ਪਤਾ ਕੀ ਕਿਹਾ ਸੀ ਕਿੰਨਾ ਤੂੰ ਬਾਹਰ ਜਾ ਕੇ ਕੋਈ ਵੀ মিডিਆ ਬੁਲਾਈ ਜਾਂ ਰੋਡ ਬੰਦ ਕੀਤਾ ਮੈਂ ਤੇਰੇ ਅੰਦਰ ਮੁੰਡੇ ਨੂੰ ਕੁੱਟਾਂਗਾ। ਤੇ ਮੈਂ ਤੇ ਆਪਣੇ ਬੱਚੇ ਦੀ ਵਈਓ ਤੇ ਮੈਂ ਫਿਰ ਚੁੱਪ ਹੀ ਰਹੀ ਹਾਂ। ਮੈਂ ਕਿਹਾ ਕਦੇ ਕੋਈ ਬਾਤ ਹੋਈ ਪੈਸੋਂ ਬਾਰੇ। ਮੈਂ ਚ ਪੈਸਿਆਂ ਦੀ ਗੱਲ ਹੀ ਨਹੀਂ ਕੀਤੀ ਸੀ ਕਿੰਨਾ ਸੀ ਮੈਨੂੰ ਨਾ 1.5 ਲੱਖ ਤੁਸੀਂ ਸਾਨੂੰ ਦੇ ਦਿਓ। ਤੇ ਅਸੀਂ 1.5 ਕਿਲੋ ਪਾ ਦਿੰਨੇ ਆ ਅਸੀਂ 1.5 ਲੱਖ ਕਿਤੋਂ ਦੇਈਏ ਇਹਨਾਂ ਦਾ ਪਿਓ ਮੰਡੀ ਕੰਮ ਕਰਦਾ ਮੈਂ ਘਰਾਂ ਚ ਕਰਨੀ ਕਿਤੋਂ ਅਸੀਂ 1.5 ਲੱਖ ਰੁਪਏ ਇਹਨਾਂ ਸਿਰਫ ਕਸੂਰ ਇਹ ਥਾ ਕਿ ਆਪਕੇ ਘਰ ਸੇ ਇਹ ਮੁਲਜ਼ਮ ਗੁਜ਼ਰ ਕੇ ਆ ਬਸ ਘਰ ਸੇ ਗੁਜ਼ਰ ਕੇ ਦੇਜਦਾ ਸੀ ਨਾ ਉਹ ਘਰ ਸੇ ਗੁਜ਼ਰ ਕੇ ਗਿਆ ਹੈ ਇਹ ਪੂਰਾ ਮਲੇਰ ਬੱਚੇ ਦਾ ਨਿਆਂ ਦੇਗਾ ਮੇਰੇ ਬੱਚੇ ਦੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਪਰਚਾ ਨਹੀਂ ਬਣਿਆ ਉਹ ਜੋ ਗੁਜ਼ਰ ਕੇ ਗਿਆ ਉਹ ਕਿਵੇਂ ਆਇਆ ਆਪਕੇ ਛੱਤ ਸੇ ਕਿਵੇਂ ਆਇਆ ਉਹ ਛੱਤ ਸੇ ਨਹੀਂ ਇਹ ਦਰਵਾਜ਼ਾ ਖੁੱਲ੍ਹਾ ਹੈ ਇਧਰ ਸੇ ਭਾਗ ਕੇ ਉੱਪਰ ਚਲਾ ਗਿਆ ਇਹ ਸਾਤ ਹੁਣ ਕਾ ਘਰ ਹੈ ہمارے گھر کے ساتھ ساتھ چھتیں لگی ہوئی ہیں ان کی یہاں مین دروازے سے گزر کے چھتیں کے گزرے اجرو گزرے نہیں پتہ ہے تو خدا کو پتہ ہے مطلب ان کے ان لوگوں کے سامنے پولیس کے سامنے یہاں سے گزر کے ہاں کہتے نہیں کہ ادھروں دی ناس کے اندر گیا मतलब इनका कसूर यह है कि इनके घर से जो है गुजर के गया है इस वजह से इनके साथ जो है तशदद्द भी किया और इनके बच्चे के ऊपर जो है इन्होंने चर्च का भी इल्ज़ाम लगा दिया और इसके अलावा पैसों का भी और आकाश बच्चे का नाम था बच्चे के साथ जो काम करते थे उसके कुछ दोस्त भी हैं उनसे भी पूछते हैं वो बच्चा कैसा था जी वो लड़का बहुत अच्छा था वो ऐसा काम नहीं था करता ना कभी वो उसने सीगर, सादा सिगरेट पिया ना पान खाया ठीक है ये पुलिस वाले आए हैं उसको बेन नजायज लेकर गए हैं ठीक है इसलिए ना वो हम बहुत भागे दौड़े हैं जब हम वहाँ थे ना वो जब हम थाने के अंदर जाते थे ना वो हमें गालियाँ दे के ना नाइट भगा देते थे क्योंकि जो गेट के गेट पे खड़ा था ना वो भी हमारे साथ ऐसा अच्छा सलूक करता था आप लोग जी साथ हमारे साथ, साथ कटाई कटा, कटा, कटाई करता है अच्छा। लंडे में ठीक है हमारे साथ काम करता है वो ठीक है वो ना कोई चर्स ना कोई है यानी कि कोई नशा नहीं करता कुछ भी नहीं करता वो सादा सिगरेट भी नहीं पीता ये नजायज़ लेके गए हैं इधर से हमारे सामने लेके गए हैं उसे वैगनर आई है ठीक है उसे पकड़ के मुजरिम इधर से गुजरा है ठीक है वो यानी कि घर पे था ठीक है उसे पकड़ा उसने बोला ऊपर ले गया वो उन्होंने ऊपर ले गया है ठीक है उसके बाद नीचे उसे यानी कि थप्पड़ वगैरह लगाए हैं ठीक है यानी कि काफ़ी मारा उन्होंने ठीक है फिर बाहर ले गए हैं सिस्टर्स हैं ठीक है वो उनके पीछे भागी हैं उन्हें भी गाली गलोच किया मारा भी है ठीक है फिर भी नहीं एक भी नहीं सुनी और ले गए हैं कहा जाता है पुलिस जो है वो तहफ़ फ्राहम करती है पु, पुलिस का काम भी यही है लेकिन इनके साथ जो है वो ये इन्होंने बत, बताया ही कि क्या सलूक किया जा रहा है किस वजह से क्योंकि इनका कहना है कि शायद हम जो हम है नसीबरादरी हैं इस वजह के इस वजह से ये चीज़ें की जा रही है आप लोग अपने कमेंट्स में ज़रूर बताइएगा कि क्या पुलिस को ऐसा रवैया इख्तियार करना चाहिए या नहीं करना चाहिए और इस तरह का म रोकना चाहिए और आप लोग अपनी कमरस में ज़रूर बताइएगा इसी के साथ अपनी होश श को इजाज़त दीजिए अल्लाफिज़